ਪੰਜਾਬ ਦਾ ਮਾਲਵਾ ਇਲਾਕਾ ਜੋ ਕਿ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਾਫੀ ਸਮੇਂ ਤੋਂ ਜੂਝ ਰਿਹਾ ਹੈ। ਇਸ ਗੰਦੇ ਪਾਣੀ ਨਾਲ ਉੱਥੇ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਨਮ ਲੈ ਰਹੀਆਂ ਹਨ। ਇੱਥੇ ਹੀ ਸਰਕਾਰ ਨੇ ਕਈ ਪਿੰਡਾਂ ਵਿੱਚ ਸਾਫ਼ ਪਾਣੀ ਦੀ ਵਿਵਸਥਾ ਵੀ ਕੀਤੀ ਹੈ ਅਤੇ ਗ੍ਰਾਂਟ ਵੀ ਜਾਰੀ ਕੀਤੀ ਹੈ। ਫਰੀਦਕੋਟ ਦੇ ਪਿੰਡ ਕੋਣੀ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਸਰਕਾਰ ਨੇ ਸਾਫ਼ ਪਾਣੀ ਵਾਸਤੇ ਗ੍ਰਾਂਟ ਤਾਂ ਜਾਰੀ ਕੀਤੀ ਹੈ ਪਰ ਇੱਥੇ ਦੇ ਠੇਕੇਦਾਰਾਂ ਨੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਹੈ ਜਿਸ ਕਾਰਨ ਪਾਣੀ ਦੇ ਪਾਈਪ ਵਾਰ ਵਾਰ ਟੁੱਟ ਜਾ ਰਹੇ ਹਨ ਅਤੇ ਪਿੰਡ ਵਾਲੇ ਗੰਦਾ ਪਾਣੀ ਪੀਣ ਨੂੰ ਮਜਬੂਰ ਹੋ ਰਹੇ ਹਨ। ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ, ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਠੇਕੇਦਾਰ? ਇੱਕ ਲਾ ਦੀ ਤੇ ਕਲਾਈ ਦੀ ਹੋਰ ਨਹੀਂ ਭੁੱਲ ਗਏ ਲਾਉਣੀ ਹੈ ਇੱਕ ਲਾਉਣੀ ਭੁੱਲ ਗਏ ਕੀ ਇੱਕ ਲਾਈ ਨਹੀਂ ਟੁੱਟ ਗਿਆ ਉਹ ਟੁੱਟ ਗਿਆ ਕਿਉਂ ਟੁੱਟ ਗਿਆ ਉਹ ਜਿਹੜੀ ਪੈਪ ਹੈ ਨਾ ਉਹ ਉਹਦੇ ਨਾਲੋਂ ਟੁੱਟੀ ਹੈ ਥੋੜੀ ਕਿਉਂ ਇਹ ਸਾਡਾ ਕੋਈ ਸਿਆਸੀ ਮਸਲਾ ਨਹੀਂ ਜੀ, ਇਹ ਸਾਰੇ ਪਿੰਡ ਦਾ ਮਸਲਾ ਹੈ, ਕਿਸੇ ਪਾਰਟੀ ਦਾ ਮਸਲਾ ਨਹੀਂ ਗਾ, ਸਾਰੇ ਆਮ ਲੋਕਾਂ ਦਾ ਮਸਲਾ ਇਹ ਅਤੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਅਤੇ ਨਾ ਕੋਈ ਹੋਣ ਦੀ ਮਾਇਦ ਹੈ ਜੀ ਸਾਨੂੰ ਇਸ ਦੀ, ਇਹਦੇ ਸੁਧਾਰ ਹੋਣਾ ਚਾਹੀਦਾ, ਜਿਹੜੇ ਇਹਦੇ ਦੋਸ਼ੀ ਆ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ। ਸਤਿ ਸ਼੍ਰੀ ਅਕਾਲ ਜੀ, ਮਸਲਾ ਇਹ ਹੈ ਜੀ ਸਾਡੇ ਪਿੰਡ ਕੌਣੀ ਡਿਸਟ੍ਰਿਕਟ ਫਰੀਦਕੋਟ ਵਿੱਚ ਨਵਾਂ ਵਾਟਰ ਵਰਕਸ ਦਾ ਨਿਰਮਾਣ ਹੋਇਆ, ਉਹਦੀ ਜੋ ਪਾਈਪਲਾਈਨ ਪਾਈ ਗਈ ਉਹ ਬਿਲਕੁਲ ਘਟੀਆ ਮਟੀਰੀਅਲ ਦੀ ਜਿਹੜੀ ਪਾਈਪਲਾਈਨ ਪਾਈ ਗਈ ਸਕੰਡ ਪਾਈਪਾਂ ਜੀ, ਉਹ ਆ ਸਾਡੇ ਕੋਲੇ ਪ੍ਰੂਫ ਹੈ, ਥਾਂ ਥਾਂ ਤੋਂ ਨਗਰ ਵਿੱਚ 3-4 ਦਿਨ ਹੋ ਗਏ ਸਪਲਾਈ ਚਲਾਈ ਨੂੰ ਪਾਈਪਾਂ ਫਟ ਰਹੀਆਂ, ਉਹ ਜੋੜ ਲਾ ਦਿੰਦੇ ਪਾਈਪ ਫਟ ਜਾਂਦੀ ਹੈ, ਅਸੀਂ ਬਹੁਤ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਾਂ, ਸਾਡੇ ਰਸਤੇ ਬੰਦ ਹੋ ਚੁੱਕੇ ਹੈ। ਦੂਸਰੀ ਬੇਨਤੀ ਕਿ ਜੋ ਸਾਨੂੰ 50 ਸਾਲਾਂ ਤੋਂ ਉਮੀਦ ਸੀ ਕਿ ਸਾਡੇ ਨਗਰ ਵਿੱਚ ਚੰਗਾ ਛਕਣ ਨੂੰ ਪਸ਼ੂਆਂ ਦੇ ਸਾਡੇ ਆਪਦੇ ਛਕਣ ਨੂੰ ਜਲ ਮਿਲੂਗਾ, ਉਹ ਸਾਨੂੰ ਲੱਗਦਾ ਵੀ ਨਸੀਬ ਨਹੀਂ ਹੋਣਾ ਜੇ ਇਸ ਤਰ੍ਹਾਂ ਦਾ ਸਿਸਟਮ ਰਿਹਾ ਤਾਂ। ਕਈ ਸਾਡੇ ਪਿੰਡ ਦੇ ਦਾਨੀ ਸੱਜਣ ਮੇਰੇ ਕੋਲ ਮਿਸਾਲ ਖੜ੍ਹੇ ਨੇ, ਸਾਬਕਾ ਸਰਪੰਚ ਮੇਜਰ ਸਿੰਘ ਵੀ, ਹੋਰ ਵੀ ਕੁਝ ਵੀਰਾਂ ਦੇ ਨਾਂ ਇੱਥੇ ਲਈਏ, ਬੜੀ ਲਿਸਟ ਲੰਮੀ, ਜਿਨ੍ਹਾਂ ਨੇ 10-10 ਹਜ਼ਾਰ ਰੁਪਈਆ ਇੱਕ ਦਾਨ ਵਜੋਂ ਸੇਵਾ ਦਿੱਤੀ ਜਦੋਂ ਕਿ ਉਹਨਾਂ ਦਾ ਫਰਜ਼ ਬਣਦਾ ਸੀ 800 ਰੁਪਈਆ ਪਰਚੀ ਕਟਾਉਣ ਦਾ। ਸਾਡੀ ਹੁਣ ਪ੍ਰਸ਼ਾਸਨ ਨੂੰ ਮੰਗ ਹੈ ਕਿ ਇਹਦੀ ਜਾਂਚ ਹੋਵੇ, ਜੋ ਮਟੀਰੀਅਲ ਮੰਸ਼ਨ ਹੋਇਆ ਉਸ ਮਟੀਰੀਅਲ ਦੀ ਵਰਤੋਂ ਕਰਕੇ ਸਾਡੇ ਪਿੰਡ ਨੂੰ ਪਾਣੀ ਦਿੱਤਾ ਜਾਵੇ, ਜੇਕਰ ਆਹ ਮਟੀਰੀਅਲ ਇਹ ਰਿਹਾ ਥੱਲੇ ਇਹਨੇ ਸਾਨੂੰ ਪਾਣੀ ਨਹੀਂ ਜੀ ਪੀਣ ਵਾਸਤੇ ਦੇਣਾ। ਜੋ ਸਾਡੀ ਹੈ ਸੈਨੀਟੇਸ਼ਨ ਕੀਤੀ ਗਈ ਹੈ, ਘਰਾਂ ਵਿੱਚ ਸਪਲਾਈ ਦਿੱਤੀ ਗਈ, ਬੜੇ ਗਲਤ ਢੰਗ ਨਾਲ ਦਿੱਤੀ ਗਈ ਹੈ, ਮੀਟਰ ਦੇ ਉੱਤੇ ਕੋਈ ਗੱਟੀ ਨਹੀਂ ਲੱਗੀ, ਕੋਈ ਕੁਛ ਨਹੀਂ, ਲੌਂਕੀ ਜਾ ਰਹੇ ਮੀਟਰ ਹਜੇ ਪਾਣੀ ਚੱਲਿਆ ਨਹੀਂ ਗਾ, ਬਿਲਕੁਲ ਸਾਡਾ ਜਿਹੜਾ ਇਹ ਬੇੜਾ ਗਰਕ ਕਰਕੇ ਰੱਖਤਾ ਹੈ, ਜਿਨ੍ਹਾਂ ਲੋਕਾਂ ਦੀ ਇਹਦੇ ਵਿੱਚ ਸ਼ਮੂਲੀਅਤ ਆ, ਇਸ ਤਰ੍ਹਾਂ ਦਾ ਜਿਹੜਾ ਕਰਪਸ਼ਨ ਨੇ ਇਸ ਚੀਜ਼ ਨੂੰ ਕੀਤਾ, ਕਰਪਟ ਲੋਕਾਂ ਦੀ, ਉਹਨਾਂ ਨੂੰ ਮਿਲਦੀ ਸਜ਼ਾ ਬਣਨੀ ਮਿਲਣੀ ਚਾਹੀਦੀ ਹੈ ਬਣਦੀ, ਅਤੇ ਚੰਗੀ ਤਰ੍ਹਾਂ ਜਿਹੜਾ ਇਹਦਾ ਮੇਰੀ ਪ੍ਰਸ਼ਾਸਨ ਨੂੰ ਸਮੁੱਚੇ ਨਗਰ ਵੱਲੋਂ ਇਹ ਪੁਰਜ਼ੋਰ ਬੇਨਤੀ ਹੈ ਕਿ ਮਾਲਵਾ ਬੈਲਟ ਦੇ ਵਿੱਚ ਕੈਂਸਰ ਨਾਲ ਪੀੜਤ ਸੀ, ਕਾਲੇ ਪੀਲੀਏ ਨਾਲ ਪੀੜਤ ਹੈ, ਇਹ ਬੜੀ ਸਾਨੂੰ ਆਸ ਦੀ ਕਿਰਨ ਜਾਗੀ ਸੀ, ਅਤੇ ਪ੍ਰਸ਼ਾਸਨ ਨੇ ਸਾਨੂੰ ਜਿਹੜੀ ਗ੍ਰਾਂਟ ਵੀ 1,20,00,000 ਦਾ ਪ੍ਰੋਜੈਕਟ ਸੀਗਾ, ਜਿਹਦਾ ਬੇੜਾ ਗਰਕ ਕੁਝ ਲੋਕਾਂ ਵੱਲੋਂ, ਕੁਝ ਠੇਕੇਦਾਰਾਂ ਵੱਲੋਂ, ਜਿਹੜੇ ਗਲਤ ਲੋਕਾਂ ਵੱਲੋਂ ਕਰ ਦਿੱਤਾ ਗਿਆ। ਬੇਨਤੀ ਹੈ ਜੀ ਇਹਦੇ ਉੱਤੇ ਪਹਿਰਾ ਦੇ ਕੇ ਅਤੇ ਇਹਨੂੰ ਚੰਗੀ ਤਰ੍ਹਾਂ ਜਿਹੜੀ ਸਪਲਾਈ ਸਾਡੀ ਦੁਬਾਰਾ ਪਾਈਪਲਾਈਨ ਪੈ ਕੇ ਅਤੇ ਸਾਨੂੰ ਪਾਣੀ ਸਾਡੇ ਘਰਾਂ ਤੱਕ ਪਹੁੰਚਦਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।